ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਆਧੁਨਿਕ ਇਤਿਹਾਸ ਦੇ ਮਹੱਤਵਪੂਰਨ ਤੱਤ ਜਿਹੜੇ ਵੀ ਸਟੂਡੈਂਟ ਐਫਸੀਆਈ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ ਕਿਉਂਕਿ ਇਸ ਵੀਡੀਓ ਦੇ ਵਿੱਚੋਂ ਤੁਹਾਨੂੰ 2 ਜਾਂ 3 ਨੰਬਰ ਦਾ ਪੇਪਰ ਜ਼ਰੂਰ ਆਨੇ ਆਣਾ ਹੈ ਠੀਕ ਹੈ ਪੱਕਾ ਹੀ ਹੈ ਕਿ ਆਵੇਗਾ ਹੀ ਹਾਂਜੀ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੰਪੋਰਟੈਂਟ ਬੁੱਕਸ ਬਾਰੇ ਵੀ ਦੱਸਾਂਗੀ ਤੇ ਇੰਪੋਰਟੈਂਟ ਨਾਰੇ ਬਾਰੇ ਵੀ ਦੱਸਾਂਗੀ ਜਿਹੜੇ ਕਿ ਐਗਜ਼ਾਮ ਦੇ ਵਿੱਚ ਰਿਪੀਟ ਹੁੰਦੇ ਰਹਿੰਦੇ ਆ ਨਾਰਿਆਂ ਬਾਰੇ ਠੀਕ ਹੈ ਜੀ ਹਾਂਜੀ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਸਾਡੀ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਦੇਖੋ ਆਧੁਨਿਕ ਇਤਿਹਾਸ ਦੇ ਮਹੱਤਵਪੂਰਨ ਤੱਥ ਪਹਿਲਾ ਤੱਥ ਕੀ ਆ ਕਿ ਨਮਕ ਸੱਤਿਆਗ੍ਰਹਿ 12 ਮਾਰਚ 1930 ਤੋਂ 5 ਅਪ੍ਰੈਲ 1930 ਤੱਕ ਚੱਲਿਆ ਅਤੇ ਇਸ ਸੱਤਿਆਗ੍ਰਹਿ ਦੇ ਵਿੱਚ ਮਹਾਤਮਾ ਗਾਂਧੀ ਨੇ ਸਾਬਰਮਤੀ ਆਸ਼ਰਮ ਤੇ ਡਾਂਡੀ ਤੱਕ ਜਾ ਕੇ ਉੱਥੇ ਆਪ ਨਮਕ ਬਣਾ ਕੇ ਨਮਕ ਕਾਨੂੰਨ ਦਾ ਉਲੰਘਣ ਕੀਤਾ ਸੀ ਹਾਂਜੀ ਨੈਕਸਟ ਪਹਿਲਾ ਗੋਲਮੇਜ਼ ਸੰਮੇਲਨ 6 ਅਪ੍ਰੈਲ 1930 ਨੂੰ ਹੋਇਆ ਸੀ ਇਹ ਪ੍ਰਧਾਨ ਮੰਤਰੀ ਮੈਕਡੋਨਾਲਡ ਦੇ ਅਗਵਾਈ ਦੇ ਵਿੱਚ ਲੰਡਨ ਵਿਖੇ ਹੋਇਆ ਸੀ ਨੈਕਸਟ ਹਾਂਜੀ ਗਾਂਧੀ ਇਰਵਿਨ ਸਮਝੌਤਾ 4 ਮਾਰਚ 1931 ਦੇ ਵਿੱਚ ਹੋਇਆ ਸੀ ਨੈਕਸਟ ਦੂਜਾ ਗੋਲ ਮੇਜ਼ ਸੰਮੇਲਨ 7 ਸਤੰਬਰ 1931 ਵਿੱਚ ਹੋਇਆ ਸੀ ਇਸ ਵਿੱਚ ਗਾਂਧੀ ਨੇ ਭਾਗ ਲਿਆ ਸੀ ਠੀਕ ਹੈ ਗਾਂਧੀ ਜੀ ਨੇ ਹਾਂਜੀ ਨੈਕਸਟ ਪੂਨਾ ਪੈਕਟ 24 ਸਤੰਬਰ 1922 ਨੂੰ 32 ਨੂੰ ਹੋਇਆ ਸੀ ਠੀਕ ਹੈ ਪੂਨਾ ਪੈਕਟ 24 ਸਤੰਬਰ 1900 ਬੱਤੀ ਨੂੰ ਹੋਇਆ ਸੀ ਇਹ ਸਮਝੌਤਾ ਗਾਂਧੀ ਜੀ ਅਤੇ ਡਾਕਟਰ ਬੀ ਆਰ ਅੰਬੇਦਕਰ ਦੇ ਵਿਚਕਾਰ ਹੋਇਆ ਸੀ ਇਸ ਸਮਝੌਤੇ ਦੇ ਵਿੱਚ ਅੰਬੇਦਕਰ ਨੇ ਦਲਿਤਾਾਂ ਦੇ ਲਈ ਸੇਟਾ ਰਾਖਮੀਆਂ ਕੀਤੀਆਂ ਸੀ ਹਾਂਜੀ ਨੈਕਸਟ ਤੀਜਾ ਗੋਲ ਮੇਜ਼ ਸੰਮੇਲਨ 17 ਨਵੰਬਰ 1932 ਨੂੰ ਹੋਇਆ ਸੀ ਇਸ ਵਿੱਚ ਕਾਂਗਰਸ ਨੇ ਭਾਗ ਨਹੀਂ ਲਿਆ ਸੀ ਨੈਕਸਟ ਕਾਂਗਰਸ ਸੋਸ਼ਲਿਸਟ ਹਾਂਜੀ ਸੌਰੀ ਕਾਂਗਰਸ ਸੋਸ਼ਲਿਸਟ ਪਾਰਟੀ ਦਾ ਗਠਨ ਮਈ 1934 ਨੂੰ ਹੋਇਆ ਸੀ ਇਸ ਦਾ ਗਠਨ ਜੈ ਪ੍ਰਕਾਸ਼ ਮੀਨੂ ਮਸਾਨੀ ਅਤੇ ਐਸ ਐਸ ਜੁਸੀ ਨੇ ਕੀਤਾ ਸੀ ਹਾਂਜੀ ਨੈਕਸਟ ਫਾਰਵਰਡ ਬਲੌਕ ਦਾ ਗਠਨ 1 ਮਈ 1939 ਨੂੰ ਕੀਤਾ ਗਿਆ ਸੀ ਇਹ ਸੁਭਾਸ਼ ਚੰਦਰ ਬੋਸ ਦੁਆਰਾ ਆਈ ਐਨ ਸੀ ਦੇ 10 ਤੋਂ ਅਸਤੀਫਾ ਦੇਣ ਤੋਂ ਬਾਅਦ ਬਣਾਇਆ ਸੀ ਨੈਕਸਟ ਕੁਐਸ਼ਨ ਹੈ ਜੀ ਪਾਕਿਸਤਾਨ ਦੀ ਮੰਗ 24 ਮਾਰਚ 1940 ਨੂੰ ਕੀਤੀ ਗਈ ਸੀ ਇਹ ਮੰਗ ਲਾਹੌਰ ਅਦਿবেশਨ ਦੀ ਮੁਸਲਿਮ ਲੀਗ ਵਿੱਚ ਇਸ ਨੇ ਮੰਗ ਕੀਤੀ ਗਈ ਸੀ ਠੀਕ ਹੈ ਨੈਕਸਟ ਅਗਸਤ ਪ੍ਰਸਤਾਵ 8 ਅਗਸਤ 1940 ਨੂੰ ਵਾਇਸ ਰਾਏ ਲਿਨ ਲਿਜ਼ੋਨੋ ਨੇ ਲਿਜ਼ੋਂਗੋ ਨੇ ਕੀ ਦਿੱਤਾ ਸੀ ਨੈਕਸਟ ਵੈਰੀ ਇੰਪੋਰਟੈਂਟ ਕ੍ਰਿਪਸ ਸਬਮਿਸ਼ਨ ਦਾ ਪ੍ਰਸਤਾਵ 11 ਮਾਰਚ 1942 ਨੂੰ ਸਰਟੀ ਫੋਰਸ ਕ੍ਰਿਪਸ ਦੁਆਰਾ ਦਿੱਤਾ ਗਿਆ ਸੀ ਨੈਕਸਟ ਭਾਰਤ ਛੱਡੋ ਅੰਦੋਲਨ 4 ਅਗਸਤ 1942 ਨੂੰ ਮਹਾਤਮਾ ਗਾਂਧੀ ਜੀ ਦੇ ਦੁਬਾਰਾ ਚਲਾਇਆ ਗਿਆ ਸੀ ਨੈਕਸਟ ਸਿਮਲਾ ਸੰਮੇਲਨ 25 ਜੂਨ 1945 ਨੂੰ ਹੋਇਆ ਸੀ ਇਸ ਵਿੱਚ ਸਾਰੇ ਰਾਜਨੀਤਿਕ ਦਲਾਂ ਨੇ ਹਿੱਸਾ ਲਿਆ ਸੀ। ਨੈਕਸਟ ਨੌਸੈਨਾ ਦਾ ਵਿਦਰੋਹ 19 ਫਰਵਰੀ 1946 ਨੂੰ ਹੋਇਆ ਸੀ। ਇਹ ਵਿਦਰੋਹ ਸੈਨਿਕਾਂ ਦੇ ਦੁਆਰਾ ਮੁੰਬਈ ਦੇ ਵਿੱਚ ਕੀਤਾ ਗਿਆ ਸੀ। ਨੈਕਸਟ 15 ਮਾਰਚ 1946 ਨੂੰ ਪ੍ਰਧਾਨ ਮੰਤਰੀ ਐਟਲੀ ਨੇ ਭਾਰਤ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਨਾ ਕੀਤੀ ਸੀ। ਨੈਕਸਟ ਕੈਬਨਿਟ ਮਿਸ਼ਨ ਦਾ ਆਗਮਨ 24 ਮਾਰਚ 1946 ਨੂੰ ਕੀਤਾ ਗਿਆ ਸੀ। ਨੈਕਸਟ ਵਾਇਸਰਾਏ ਮਾਉਂਟ ਬੈਟਨ ਨੇ ਭਾਰਤ ਵਿਭਾਜਨ ਦੀ ਯੋਜਨਾ 3 ਜੂਨ 1947 ਦੇ ਵਿੱਚ ਰੱਖੀ ਸੀ। ਨੈਕਸਟ 15 ਅਗਸਤ 1947 ਨੂੰ ਭਾਰਤ ਆ자ਦ ਹੋ ਗਿਆ ਸੀ। ਨੈਕਸਟ ਖੁਦਾਨ ਅੰਦੋਲਨ ਆਂਧਰਾ ਪ੍ਰਦੇਸ਼ ਦੇ ਵਿੱਚ ਵਿਨੋਵਾ ਭਾਵੇ ਦੁਆਰਾ ਚਲਾਇਆ ਗਿਆ ਸੀ ਨੈਕਸਟ ਉਦਮ ਸਿੰਘ 13 ਮਾਰਚ 1940 ਨੂੰ ਮਾਈਕਲ ਓਡਾਇਰ ਨੂੰ ਲੰਡਨ ਦੇ ਵਿੱਚ ਗੋਲੀ ਮਾਰਨ ਦੇ ਜੁਰਮ ਵਿੱਚ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ ਅਤੇ 31 ਜੁਲਾਈ 1940 ਵਿੱਚ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ ਨੈਕਸਟ ਪਾਗਤ ਸਿੰਘ ਨੂੰ ਸਾੰਡਰਸ ਦੀ ਹੱਤਿਆ 8 ਅਪ੍ਰੈਲ 1929 ਦੇ ਵਿੱਚ ਕਰਨ ਅਤੇ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੇ ਜੁਰਮ ਵਿੱਚ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ ਸੀ ਠੀਕ ਹੈ ਅੱਗੇ ਅੱਗੇ ਤੁਹਾਡੇ ਕੋਲੇ ਕੁਝ ਮਹੱਤਵਪੂਰਨ ਨਾਰੇ ਜਿਹੜੇ ਕਿ ਅਕਸਰ ਐਗਜ਼ਾਮ ਦੇ ਵਿੱਚ ਰਿਪੀਟ ਹੁੰਦੇ ਰਹਿੰਦੇ ਨੇ ਇਨਕਲਾਬ ਜਿੰਦਾਬਾਦ ਦਾ ਨਾਰਾ ਕਿਸ ਨੇ ਦਿੱਤਾ ਸੀ ਰਾਈਟ ਆਨਸਰ ਹੈ ਜੀ ਇਸਦਾ ਭਗਤ ਸਿੰਘ ਨੇ ਦਿੱਲੀ ਚਲੋ ਇਹ ਨਾਰਾ ਕਿਸ ਨੇ ਦਿੱਤਾ ਸੀ ਸੁਭਾਸ ਚੰਦਰ ਬੋਸ ਨੇ ਕਰੋ ਜਾਂ ਮਰੋ ਇਹ ਨਾਰਾ ਕਿਸ ਨੇ ਦਿੱਤਾ ਸੀ ਮਹਾਤਮਾ ਗਾਂਧੀ ਨੇ ਜੈ ਹਿੰਦ ਇਹ ਨਾਰਾ ਕਿਸ ਨੇ ਦਿੱਤਾ ਸੀ ਸੁਭਾਸ ਚੰਦਰ ਬੋਸ ਨੇ ਪੂਰਨ ਸਵਰਾਜ ਦਾ ਨਾਰਾ ਕਿਸ ਨੇ ਦਿੱਤਾ ਸੀ ਜਵਾਹਰ ਲਾਲ ਨਹਿਰੂ ਨੇ ਬੇਦਾਂ ਦੀ ਔਰ ਲਾਟੋ ਇਹ ਨਾਰਾ ਕਿਸ ਨੇ ਦਿੱਤਾ ਸੀ ਦਿਆਨੰਦ ਸਰਸਬਤੀ ਨੇ ਆਰਾਮ ਹਰਾਮ ਹੈ ਜਵਾ ਇਹ ਨਾਰਾ ਕਿਸ ਨੇ ਦਿੱਤਾ ਸੀ ਜਵਾਹਰ ਲਾਲ ਨਹਿਰੂ ਨੇ ਹੇ ਰਾਮ ਦਾ ਨਾਰਾ ਕਿਸ ਨੇ ਦਿੱਤਾ ਸੀ ਮਹਾਤਮਾ ਗਾਂਧੀ ਨੇ ਭਾਰਤ ਛੱਡੋ ਦਾ ਨਾਰਾ ਕਿਸ ਨੇ ਦਿੱਤਾ ਸੀ ਮਹਾਤਮਾ ਗਾਂਧੀ ਨੇ ਜੈ ਜਵਾਨ ਜੈ ਕਿਸਾਨ ਇਹ ਨਾਰਾ ਕਿਸ ਨੇ ਦਿੱਤਾ ਸੀ ਲਾਲ ਬਹਾਦਰ ਸ਼ਾਸਤਰੀ ਨੇ ਕਦੋਂ ਦਿੱਤਾ ਸੀ 1965 ਵਿੱਚ ਪਾਕਿਸਤਾਨ ਦੇ ਯੁੱਧ ਸਮੇਂ ਨੈਕਸਟ ਕੁਐਸ਼ਨ ਹਾਂਜੀ ਮਾਰੋ ਫਿਰੰਗੀ ਦਾ ਨਾਰਾ ਕਿਸ ਨੇ ਦਿੱਤਾ ਸੀ ਮੰਗਲ ਪਾਂਡੇ ਨੇ ਇੱਕ ਮਤ 2 ਇਹ ਨਾਰਾ ਕਿਸ ਨੇ ਦਿੱਤਾ ਸੀ ਸਰਦਾਰ ਬੱਲਵ ਭਾਈ ਪਟੇਲ ਨੇ संपूर्ण क्रांति ए नारा किसने ਦਿੱਤਾ ਸੀ जयप्रकाश ने वंदे मातरम ਕਿਸ ਦੀ ਰਚਨਾ ਹੈ ਬਕਮ ਚੰਦਰ ਚੈਟਰਜੀ ਦੀ जनगन मन ਕਿਸ ਦੀ ਰਚਨਾ ਹੈ ਰਵਿੰਦਰਨਾਥ ਟੈਗੋਰ ਦੀ स्वराज ہمارا ਜਨਮ ਸਿੱਧ ਅਧਿਕਾਰ ਹੈ ਇਹ ਕਿਸ ਦਾ ਕਥਨ ਹੈ ਗੰਗਾਧਰ ਤਿਲਕ ਦਾ ਸਰਫ ਫਰੋਸੀ ਦੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਰਾਮ ਇਹ ਕਥਨ ਕਿਸ ਦਾ ਹੈ ਰਾਮ ਪ੍ਰਸ਼ਾਦ ਬਿਸਮਿਲ ਦਾ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਇਹ ਕਥਨ ਕਿਸ ਦਾ ਹੈ ਇਕਬਾਲ ਦਾ ਤੁਮ ਮੁਝੇ ਖੂਨ ਦੋ ਮੈਂ ਤੁਮੇ ਆਜ਼ਾਦੀ ਦੂੰਗਾ ਇਹ ਕਥਨ ਕਿਸ ਦਾ ਹੈ ਸੁਭਾਸ ਚੰਦਰ ਬੋਸ ਦਾ ਸਾਈਮਨ ਕਮਿਸ਼ਨ ਵਾਪਸ ਜਾਓ ਇਹ ਕਥਨ ਕਿਸ ਦਾ ਹੈ ਲਾਲਾ ਲਾਜਪਤ ਰਾਏ ਦਾ ਹੂ ਲੀਵਜ਼ ਇਫ ਇੰਡੀਆ ਡੈਟ ਇਹ ਕਥਨ ਕਿਸ ਦਾ ਹੈ ਜਵਾਹਰ ਲਾਲ ਨਹਿਰੂ ਦਾ ਮੇਰੇ ਸਿਰ ਪਰ लाਠੀ ਕਾ ਇੱਕ ਪਹਾੜ ਅੰਗਰੇਜ਼ੀ ਸ਼ਾਸਨ ਦੇ ਤਾਬੁਤ ਪਰ ਕਿਲ ਸਾਬਿਤ ਹੋਏਗਾ ਇਹ ਕਿਸ ਨੇ ਦਿੱਤਾ ਸੀ ਇਹ ਕਥਨ ਕਿਸ ਦਾ ਹੈ ਲਾਲਾ ਲਾਜਪਤਰ رائے ਦਾ ਮੁਸਲਮਾਨ ਪਾਗਲ ਥੇ ਜੋ ਉਹਨਾਂ ਨੇ ਸੁਰੱਖਿਆ ਦੀ ਮੰਗ ਕੀਤੀ ਅਤੇ ਭਾਰਤੀ ਉਸ ਤੋਂ ਵੀ ਮੂਰਖ ਸੀ ਕਿ ਉਹਨਾਂ ਨੇ ਉਹ ਮੰਗ ਠੁਕਰਾ ਦਿੱਤੀ ਹੈ ਕਿਸ ਨੇ ਕਿਹਾ ਸੀ ਅਬਦੁਲ ਕਲਾਮ ਆਯਾਦ ਨੇ ਨੈਕਸਟ ਅਸੀਂ ਗੱਲ ਕਰਾਂਗੇ ਕੁਝ ਮਹੱਤਵਪੂਰਨ ਬੁੱਕਸ ਦੇ ਬਾਰੇ ਹਾਂਜੀ ਬੁੱਕਸ ਦੀ ਜਿਹੜੀ ਅਸੀਂ ਤੁਸੀਂ ਦੇਖ ਸਕਦੇ ਹੋ ਬੁੱਕਸ ਬਾਰੇ ਕੇਸਰੀ ਦਾ ਮਰਾਠਾ ਗੀਤਾਰ ਹਸਿਆ ਇਹ ਬੁੱਕ ਲਿਖੀ ਸੀ ਬਾਲ ਗੰਗਾਧਰ ਤਿਲਕ ਨੇ ਲੀਡਰ ਹਿੰਦੋਸਤਾਨ ਇਹ ਬੁੱਕ ਲਿਖੀ ਸੀ ਮਦਨ ਮੋਹਨ ਮਾਲਵੀਆ ਨੇ ਇੰਡੀਪੈਂਡੈਂਟ ਇਹ ਬੁੱਕ ਕਿਸ ਨੇ ਲਿਖੀ ਸੀ ਜਵਾਹਰ ਲਾਲ ਨਹਿਰੂ ਨੇ ਬੰਗਾਲੀ ਆਨੈਸ਼ਨ ਇਨ ਮੇਕਿੰਗ ਇਹ ਬੁੱਕਸ ਲਿਖੀਆਂ ਸੀ सुरेंद्र नाथ बैनर्जी ने नैक्सट जंग इंडिया हरिजन नवजीवन हिंद स्वराज माई एक्सपैरिमेंट विद ट्रुथ ए बुक किसने लिखी सी महात्मा गांधी ने कामन बिल न्यू इंडिया ये बुक किसने लिखी सी एनी बैंसट ने इंडिया डिवाइड्स ये बुक किसने लिखी थी इंडिया डिवाइडेड डॉक्टर रजिंद्र प्रसाद ने ਅਨਹੈਪੀ ਇੰਡੀਆ ਇਹ ਬੁੱਕ ਕਿਸ ਨੇ ਲਿਖੀ ਸੀ ਲਾਲਾ ਲਾਜਪਤ ਰਾਏ ਨੇ ਇੰਡੀਆ ਵਿਨਸ ਫਰੀडम ਇਹ ਬੁੱਕ ਕਿਸ ਨੇ ਲਿਖੀ ਸੀ ਅਬਦੁਲ ਕਲਾਮ ਅਯਾਦ ਨੇ ਇੰਡੀਅਨ ਸਟਰਗਲ ਸੁਭਾਸ ਚੰਦਰ ਬੋਸ ਨੇ ਲਿਖੀ ਸੀ ਇੰਡੀਅਨ ਅਨਰੈਸਟ ਸਰ ਸਿਰਾਲ ਨੇ ਲਿਖੀ ਸੀ ਸੋਮ ਪ੍ਰਕਾਸ਼ ਈਸ਼ਵਰ ਚੰਦਰ ਵਿਦਿਆ ਸਾਗਰ ਨੇ ਲਿਖੀ ਸੀ ਇਸ ਦਿਨਾਂ ਲਈ ਰੀਸੈਂਟਲੀ ਕੁਝ ਇੰਪੋਰਟੈਂਟ ਬੁੱਕਸ ਲਿਖੀਆਂ ਗਈਆਂ ਨੇ ਜਿਹੜੀਆਂ ਕਰੰਟ ਅਫੇਅਰ ਦੇ ਨਾਲ ਰਿਲੇਟਡ ਤੁਹਾਨੂੰ ਆ ਸਕਦੀਆਂ ਨੇ ਮੈਂ ਤੁਹਾਨੂੰ ਉਹਨਾਂ ਦੇ ਨਾਮ ਦੱਸ ਦਿੰਦੀ ਆ ਤੁਸੀਂ ਨੋਟ ਕਰ ਲੈਣਾ ਬੁੱਕਸ ਦਾ ਨਾਮ ਤੇ ਰਾਈਟਰ ਦਾ ਨਾਮ ਯਾਦ ਰੱਖਣਾ ਮਾਡਰਨ ਇੰਡੀਆ ਨਾਮ ਦੀ ਬੁੱਕ ਹਰਿਆਣਾ ਦੇ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਨੇ ਲਾਂਚ ਕੀਤੀ ਇਸ ਨੂੰ ਲਿਖਿਆ ਪੂਨਮ ਪੂਨਮ ਦਲਾਲ ਦਈਆ ਨੇ ਨਹਿਰੂ ਦਾ ਡਿਬੇਟਸ ਥੈਟ ਡਿਫਾਈਨਡ ਇਨ ਇੰਡੀਆ ਇਹ ਬੁੱਕ ਲਿਖੀ ਆ ਤ੍ਰਿਪੁਰਦਮਨ ਅਤੇ ਅਦਿਲ ਹੁਸੈਨ ਨੇ ਮਿਲ ਕੇ ਹਾਊ ਦਾ ਅਰਥ ਗਾਟ ਇਟਸ ਬਿਊਟੀ ਇਹ ਬੁੱਕਸ ਬੁੱਕ ਨੂੰ ਲਿਖਿਆ ਇਨਫੋਸਿਸ ਦੀ ਸੁਦਾ ਮੂਰਤੀ ਨੇ ਓਰੀਐਂਟਿੰਗ ਐਂਡ ਇੰਡੀਅਨ ਇਨ ਜਾਪਾਨ ਐਂ ਸੁੱਕ ਨੂੰ ਲਿਖਿਆ ਪਲਵੀ ਅਇਰ ਨੇ ਇੱਕ ਨੋਵਲ ਆ ਹੁਸੈਨ ਜੈਦੀ ਦਾ ਦਾ ਐਂਡ ਗੇਮ ਇਹ ਵੀ ਤੁਸੀਂ ਯਾਦ ਰੱਖਣਾ ਕੁਕਿੰਗ ਟੂ ਸੇਵ ਯੂਅਰ ਲਾਈਫ ਇਸ ਬੁੱਕ ਨੂੰ ਲਿਖਿਆ ਅਬਿਜੀਤ ਬੈਨਰਜੀ ਨੇ ਇੱਕ ਬੁੱਕ ਦਾ ਨਾਮ ਆ ਪਬਲਿਕ ਸਰਵਿਸ ਐਥਿਕਸ ਇੱਕ ਇਸ ਬੁੱਕ ਨੂੰ ਲਿਖਿਆ ਪ੍ਰਬਾਤ ਕੁਮਾਰ ਨੇ ਮੈਚੂਲਰ ਡੈਡ ਇਹ ਬੁੱਕ ਨੂੰ ਲਿਖਿਆ ਵਾ ਤੁਸ਼ਾਰ ਕਪੂਰ ਨੇ ਮੰਮਤਾ ਬਿਯੋਂਡ 2021 ਇਸ ਬੁੱਕ ਨੂੰ ਲਿਖਿਆ ਜਯੰਤ ਕੋਸ਼ ਨੇ ਗਾਂਧੀ ਦੇ ਹਥਿਆਰੇ ਦਾ ਮੇਕਿੰਗ ਆਫ ਨਾਥੂ ਰਾਮ ਹਿਸ ਆਈਡੀਆ ਆਫ ਇੰਡੀਆ ਇਹ ਸਬਕ ਨੂੰ ਲਿਖਿਆ ਤਰਮਿੰਦਰ ਕੇ ਚਾਣੀ ਇਹ ਬੁੱਕਸ ਰੀਸੈਂਟਲੀ ਲਿਖੀਆਂ ਗਈਆਂ ਸੀ ਜਿਹੜੀਆਂ ਇੰਪੋਰਟੈਂਟ ਵੀ ਆ ਠੀਕ ਹੈ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜਿਹੜੇ ਵੀ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਮੈਂ ਉਹਨਾਂ ਨੂੰ ਰਿਕਵੈਸਟ ਕਰਦੀ ਆ ਕਿ ਪਲੀਜ਼ ਮੇਰੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਤੇ ਔਨ ਕਰ ਲਵੋ ਤਾਂ ਜੋ ਮੇਰੀ ਅੱਗੇ ਆਉਣ ਵਾਲੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ ਧੰਨਵਾਦ ਜੀ